ਤੁਸੀਂ ਪੱਗ ਕਿਉਂ ਬੰਨ੍ਹਦੇ ਹੋ ਤੁਹਾਡੇ ਪੱਗ ਦਾ ਕੀ ਮਤਲਬ ਹੈ ਤੁਹਾਡੀ ਪੱਗ ਕੀ ਰਿਪਰੈਜ਼ੈਂਟ ਕਰਦੀ ਆ ਅਥੀ ਕਿ ਐਸਾ ਸਵਾਲ ਹੈ ਜਿਹੜਾ ਅਕਸਰ ਕਾਫੀ ਲੋਕਾਂ ਨੂੰ ਪੁੱਛਿਆ ਜਾਂਦਾ ਬਾਹਰਲੇ ਦੇਸ਼ਾਂ 'ਚ ਔਰ ਉਹ ਲੋਕ ਪੁੱਛਦੇ ਆ ਜਿਹੜੇ ਸਾਡੇ ਬਾਰੇ ਜਾਨਣਾ ਚਾਹੁੰਦੇ ਆ ਪਰ ਕਈ ਵਾਰੀ ਅਸੀਂ ਬਿਜ਼ੀ ਹੁੰਨੇ ਆ ਔਰ ਉਸ ਸਵਾਲ ਦਾ ਜਵਾਬ ਜਿਹੜੀ ਗਹਿਰਾਈ ਦੇ ਵਿੱਚ ਦੇਣਾ ਚਾਹੀਦਾ ਉਹ ਨਹੀਂ ਦੇ ਪਾਉਂਦੇ ਔਰ ਯੂ نو ਮੈਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਲਗਾ ਕਵੈਸਚਨ ਪਹਿਲਾਂ ਮੇਰੇ ਨਾਲ ਇਹੀ ਹੋਇਆ ਕਿਸੇ ਨੇ ਮੈਨੂੰ ਇਹ ਸਵਾਲ ਕੀਤਾ ਔਰ ਮੈਂ ਮੇਰੇ ਇਸ ਚੀਜ਼ ਦਾ ਮੈਂ ਤੁਹਾਡਾ ਕਿਉਂ ਸ਼ੇਅਰ ਕਰ ਰਿਹਾ ਉਹਦਾ ਰੀਜ਼ਨ ਇਹ ਆ ਕਿ ਇਹਦੇ ਨਾਲ ਪਹਿਲੀ ਗੱਲ ਤੇ ਅਵੇਅਰਨੈਸ ਕ੍ਰੀਏਟ ਹੁੰਦੀ ਆ ਔਰ ਮੈਂ ਫੀਲ ਕਰਦਾ ਕਿ ਜਿਹੜਾ ਜਵਾਬ ਮੈਂ ਦਿੱਤਾ ਬਹੁਤ ਲੋਗ ਮੇਰੇ ਜਵਾਬ ਤੋਂ 100 ਗੁਣਾ ਚੰਗਾ ਜਵਾਬ ਦੇ ਸਕਦੇ ਆ ਔਰ ਉਹ ਮੈਂ ਵੀ ਮੈਂ ਵੀ ਚਾਹੁੰਦਾ ਉਹ ਜਵਾਬ ਸੁਣਾ ਔਰ ਵਾਤਵਾਦ ਲੋਕ ਉਹ ਤੁਹਾਡਾ ਜਵਾਬ ਸੁਣਨ ਕਿ ਜੇ ਤੁਹਾਨੂੰ ਕੋਈ ਇਹ ਸਵਾਲ ਕਰੇ ਕਿ ਤੁਸੀਂ ਪੱਗ ਕਿਉਂ ਬੰਨਦੇ ਹੋ ਜਾਂ ਪੱਗ ਕੀ ਰੈਪਰੈਜ਼ੈਂਟ ਕਰਦੀ ਆ ਸਾਡਾ ਜਿਹੜਾ ਜਵਾਬ ਆ ਉਹ ਕੱਲਾ ਸਾਨੂੰ ਨਹੀਂ ਰੈਪਰੈਜ਼ੈਂਟ ਕਰਦਾ ਪੂਰੀ ਕਮਿਊਨਿਟੀ ਨੂੰ ਰੈਪਰੈਜ਼ੈਂਟ ਕਰਦਾ ਸੋ ਉਸ ਕੁਐਸਚਨ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਆ ਸੋ ਮੈਂ ਆਪਣਾ ਸਪੀਅਰ ਸ਼ੇਅਰ ਕਰਦਾ ਮੈਂ ਕੰਮ ਤੇ ਬੈਠਾ ਸਾਂ ਔਰ ਇੱਕ ਬਹੁਤ ਸੀਨੀਅਰ ਡਾਕਟਰ ਕਾਰਡੀਓਲੋਜਿਸਟ ਮੇਰੇ ਕੋਲੋਂ ਆਗੇ ਔਰ ਔਰ ਮੈਨੂੰ ਉਹਨਾਂ ਨੇ ਸਵਾਲ ਕੀਤਾ ਹਾਂ ਦੇ ਕਿ ਤੂੰ ਤੁਸੀਂ ਅ ਅ ਰੋਜ਼ ਪੱਗ ਬੰਨਦੇ ਹੋ ਇਹ ਪੱਗ ਦਾ ਕੋਈ मीनिंग ਆ ਔਰ ਫਿਰ ਨਾਲ ਨਾਲ ਉਹਨਾਂ ਨੇ ਇੱਕ ਹੋਰ ਸਵਾਲ ਕਰਤਾ ਕਿ ਤੁਸੀਂ ਰੋਜ਼ ਅਲੱਗ-ਅਲੱਗ ਰੰਗ ਰੰਗਾਂ ਦੀ ਪੱਗ ਬੰਨਦੇ ਹੋ ਕਿ ਅਲੱਗ-ਅਲੱਗ ਰੰਗਾਂ ਦੀ ਪੱਗ ਬੰਨਣ ਦਾ ਕੀ ਮਤਲਬ ਹੈ ਕੋਈ ਮਤਲਬ ਹੈਗਾ ਸੋ ਮੈਂ ਉਹਨਾਂ ਨੂੰ ਜਿੰਨੀ ਵੀ ਆਪਣੀ ਮੇਰੀ ਸਮਝ ਸੀ ਮੈਂ ਉਸ ਹਿਸਾਬ ਨਾਲ ਮੈਂ ਜਿੰਨਾ ਵੀ ਟਾਈਮ ਸੀ ਉਸ ਹਿਸਾਬ ਨਾਲ ਇੱਕ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਔਰ ਯੂ نو ਫਰਸਟ ਆਈ ਵਾਸ ਡੈਫਿਨਿਟਲੀ ਟੇਕਨ ਅ ਬੈਕ ਬਿਕਾਜ਼ ਯੂ نو ਤੁਸੀਂ ਆਪਣੇ ਕੰਮ ਚ ਬਿਜ਼ੀ ਹੁੰਦੇ ਹੋ ਤੁਸੀਂ ਐਕਸਪੈਕਟ ਨਹੀਂ ਕਰ ਰਹੇ ਬਟ ਆਈ ਵਾਸ ਹੈਪੀ ਯੂ نو ਕੋਈ ਵੀ ਤੁਹਾਨੂੰ ਇਹ ਸਵਾਲ ਕਰਦਾ ਡੈਫਿਨਿਟਲੀ ਅਸੀਂ ਖੁਸ਼ ਖੁਸ਼ ਹੁੰਨੇ ਆ ਕਿ ਕੋਈ ਸਾਡੇ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਰਾਈਟ ਸੋ ਆਈ ਵਾਸ ਲਾਈਕ ਯੂ نو ਮੇਰੇ ਲਈ ਇਹ ਪੱਗ ਦਾ ਸਿਗਨੀਫਿਕੈਂਸ ਹੈ ਇਟ ਰਿਪਰੈਜ਼ੈਂਟਸ ਕੁਆਲਿਟੀ ਔਰ ਇਹ ਕੁਆਲਿਟੀ ਕਿਦਾਂ ਰਿਪਰੈਜ਼ੈਂਟ ਕਰਦੀ ਹੈ ਕਿ ਜਿਹੜੇ ਥਾਂ ਤੋਂ ਜਿੱਥੋਂ ਮੈਂ ਆਇਆ ਉੱਥੇ ਬਹੁਤ ਲੋਕ ਪਹਿਲੀ ਗੱਲ ਤੇ ਇਹ ਕਲਚਰਲ ਚੀਜ਼ ਆ ਪੱਗ ਬਨਣੀ ਇੱਕ ਕਲਚਰਲ ਚੀਜ਼ ਆ ਬਟ ਓਵਰ ਟਾਈਮ ਪੀਰੀਅਡ ਬੜੇ ਲੋਕਾਂ ਨੂੰ ਲਿਮਟ ਕੀਤਾ ਗਿਆ ਸੀ ਕਿ ਤੁਸੀਂ ਪੱਗ ਨਹੀਂ ਬਨ ਸਕਦੇ ਭਾਵੇਂ ਕਾਸਟ ਕਾਸਟ ਦੇ ਆਧਾਰ ਤੇ ਕਿ ਤੁਸੀਂ ਲੋਅਰ ਕਾਸਟ ਦੇ ਹੋ ਜਾਂ ਤੁਹਾਡੀ ਜਿਹੜੀ ਜਿਹੜੀ ਤੁਹਾਡੀ ਕਾਸਟ ਆ ਉਹ ਇਜਾਜ਼ਤ ਨਹੀਂ ਦਿੱਤੀ ਕਿ ਤੁਸੀਂ ਪੱਗ ਬਨੋ ਔਰ ਕਈ ਵਾਰੀ ਧਰਮਾਂ ਨੇ ਬਹੁਤ ਲੋਕਾਂ ਨੂੰ ਅਪਰੈਸ ਕੀਤਾ ਸੀ ਕਿ ਤੁਸੀਂ ਜੇ ਤੁਸੀਂ ਇਸ ਧਰਮ ਦੇ ਨਹੀਂ ਹੋ ਤਾਂ ਤੁਸੀਂ ਪੱਗ ਨਹੀਂ ਬਨ ਸਕਦੇ ਔਰ ਮੈਂ ਕਹਿੰਦੀ ਇਹ ਇਕਵੈਲਟੀ ਰੈਪਰੈਜ਼ੈਂਟ ਕਰਦੀ ਹੈ ਤੇ ਡਿਫਾਇਨਸ ਸਾਨੂੰ ਤੁਸੀਂ ਰੋਕ ਨਹੀਂ ਸਕਦੇ ਅਸੀਂ ਹਰ ਇੱਕ ਨੂੰ ਇਕਵਲ ਸਮਝਦੇ ਹਾਂ ਇਕਵੈਲਟੀ ਇਕਵੈਲਟੀ ਕਿਦਾਂ ਕਿ ਜਦੋਂ ਪੱਗ ਬਨ ਲਈ ਕਿ ਤੁਸੀਂ ਇਕਵਲ ਹੋਗੇ ਕੋਈ ਕਾਸਟ ਨਹੀਂ ਰਹਗੀ ਕੋਈ ਉੱਚ ਨੀਚ ਨਹੀਂ ਰਹਗੀ ਸੋ ਸਾਡੇ ਲਈ ਭਾਵੇਂ ਕੋਈ ਜਿਹੜੇ ਮਰਜੀ ਧਰਮ ਦਾ ਵਾ ਜਿਹੜੇ ਮਰਜੀ ਰੰਗ ਦਾ ਵਾ ਜਿਹੜੇ ਮਰਜੀ ਮਜ਼ਬਬ ਦਾ ਵਾ ਇਕੁਅਲ ਹੈ ਸੋ ਦੈਟ ਦੈਟ ਵਾਸ ਮਾਈ ਅਨਸਰ ਔਰ ਫਿਰ ਉਹ ਨਾਲ ਨਾਲ ਉਹਨਾਂ ਨੇ ਪੁੱਛ ਲਿਆ ਕਿ ਤੁਸੀਂ ਹਰੀ ਪੱਗ ਬੰਨੀ ਅੱਜ ਔਰ ਇਹ ਇਹ ਕੀ ਰਿਪਰੈਜ਼ੈਂਟ ਕਰਦੀ ਹੈ ਸੋ ਆਵਸਾ ਕਿ ਹਰੀ ਪੱਗ ਸਾਡੇ ਲਈ ਇੱਕ ਸਪੈਸ਼ਲ ਹੈ ਕਿਉਂਕਿ ਅਸੀਂ ਆਪਣੀ ਜ਼ਮੀਨ ਨਾਲ ਜੁੜੇ ਆ ਸਾਾਨੂੰ ਜਿਹੜੀ ਹਰੀ ਪੱਗ ਹੈ ਉਹ ਕਿਰਤ ਕਿ ਕਿੱਤੇ ਨੂੰ ਕਿਸਾਨੀ ਨੂੰ ਫਾਰਮਿੰਗ ਨੂੰ এনवायरमेंट ਨੂੰ ਰਿਪਰੈਜ਼ੈਂਟ ਕਰਦੀ ਹੈ ਔਰ ਇਸ ਲਈ ਅੱਜ ਮੈਂ ਹਰੀ ਪਗ ਬੰਨੀ ਆ ਫਿਰ ਉਹਦੇ ਤੁਸੀਂ ਜਿਹੜੀ ਵਾਈਟ ਪਗ ਬੰਨਦੇ ਹੋ ਉਹ ਕਿਉਂ ਬੰਨਦੇ ਹੋ ਮੈਂ ਕਿਹਾ ਕਿ ਉਹ ਥੋੜੀ ਜੀ ਸਪਿਰਚੁਅਲ ਹੋ ਜਾਂਦੀ ਆ ਜਦੋਂ ਮੈਂ ਯੂ نو ਸਪਿਰਚੁਅਲ ਫੀਲ ਕਰਦਾ ਜਾਂ ਮੈਂ ਪੜਨਾ ਹੁੰਦਾ ਜਦੋਂ ਮੈਂ ਬਾਕੀ ਚੀਜ਼ ਜਦੋਂ ਆਪਣਾ ਦਿਮਾਗ ਜਿਹੜਾ ਵਾ ਉਹ ਦੂਰ ਰੋਲੇ ਰੱਪੇ ਤੋਂ ਦੂਰ ਕਰਨਾ ਹੁੰਦਾ ਥੈਨ ਯੂ نو ਮੈਂ ਉਦੋਂ ਵਾਈਟ ਪਗ ਬੰਨਦਾ ਔਰ ਮੈਂ ਕਿਹਾ ਕਿ ਬਹੁਤ ਲੋਕ ਭਵੇਂ ਉਹ ਸਪਿਰਚੁਅਲ ਹੋਣ ਜਾਂ ਉਹ ਵਿਖਾਣਾ ਚਾਹੁੰਦੇ ਆ ਕਿ ਅਸੀਂ ਸਪਿਰਚੁਅਲ ਆ ਉਹ ਵਾਈਪ ਪੱਗ ਚੂਜ਼ ਕਰਦੇ ਆ ਫਿਰ ਹੁੰਦੇ ਕਿ ਲਾਲ ਪੱਗ ਮੈਂ ਕਹਾ ਲਾਲ ਪੱਗ ਯੂਜ਼ੂਲੀ ਤੁਹਾਡਾ ਜਿਹੜਾ ਖੂਨ ਆ ਉਹ ਲਾਲ ਹੁੰਦਾ ਔਰ ਜਿਹੜਾ ਇਨਕਲਾਬ ਹੁੰਦਾ ਇਹ ਰੈਵਿਊਸ਼ਨ ਹੁੰਦਾ ਉਹ ਖੂਨ ਮੰਗਦਾ ਸੋ ਯੂ نو ਵੈਨ ਯੂ ਆਰ ਫੀਲਿੰਗ ਇਨਕਲਾਬੀ ਥੋੜਾ ਜਿਹਾ ਤੁਸੀਂ ਸਿਸਟਮ ਨੂੰ ਬਦਲਣਾ ਚਾਹੁੰਦੇ ਜੋ ਸਿਸਟਮ ਨੂੰ ਚੇਂਜ ਕਰਨਾ ਚਾਹੁੰਦੇ ਔਰ ਤੁਸੀਂ ਡਰਦੇ ਨਹੀਂ ਕਿ ਜੇ ਮੇਰਾ ਖੂਨ ਡੁੱਲ ਜੇ ਤੇ ਕੋਈ ਪਰਵਾਹ ਨਹੀਂ ਤੇ ਉਹ ਫਿਰ ਜਿਹੜਾ ਇਨਕਲਾਬੀ ਰੰਗ ਉਹ ਲੋਕ ਬੰਦਦੇ ਆ ਲਾਲ ਰੰਗ ਉਹ ਚੀਜ਼ ਨੂੰ ਰੈਪਰੈਜ਼ੈਂਟ ਕਰਦਾ ਸੋ ਜਦੋਂ ਮੇਰਾ ਯੂ نو ਮੂਡ ਥੋੜਾ ਜਿਹਾ ਇਨਕਲਾਬੀ ਹੁੰਦਾ ਫਿਰ ਉਦੋਂ ਮੈਂ ਲਾਲ ਪੱਗ ਚੂਜ਼ ਕਰਦਾ ਫਿਰ ਉਹਦੇ ਬਲੈਕ ਕਾਲੇ ਰੰਗ ਦੀ ਪੱਗ ਆਦਾ ਮੈਂ ਕਹਿੰਦਾ ਕਾਲਾ ਰੰਗ ਐਸੀ ਚੀਜ਼ ਹੈ ਡਿਫਾਈਨਸ ਆ ਸੋ ਜਦੋਂ ਤੁਸੀਂ ਕਿਸੇ ਚੀਜ਼ ਦੇ ਖਿਲਾਫ ਸਟੈਂਡ ਲੈਣਾ ਚਾਹੁੰਦੇ ਹੋ ਬੋਲਣ ਤੋਂ ਬਿਨਾ ਤੁਸੀਂ ਬੋਲਣਾ ਨਹੀਂ ਕੁਝ ਹੋਣਾ ਤੁਹਾਡਾ ਤੁਹਾਡਾ ਜਿਹੜਾ ਪਹਿਰਾਵਾ ਹੀ ਐਸਾ ਹੋਵੇ ਕਿ ਤੁਸੀਂ ਦੂਜੇ ਨੂੰ ਦੱਸ ਦੋ ਕਿ ਭਾਈ ਉਹ ਗਲਤੀਆਂ ਔਰ ਅਸੀਂ ਤੇਰੇ ਖਿਲਾਫ ਆ ਮੈਂ ਕਹਾ ਉਹ 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 ਡਿਫਾਇਨਸ ਨੂੰ ਰਿਪਰੈਜ਼ੈਂਟ ਕਰਦਾ ਜਿਹੜਾ ਕਾਲਾ ਰੰਗ ਦੀ ਪੱਗ ਹੁੰਦੀ ਹੈ ਤੇ ਫਿਰ ਆਉਂਦੇ ਯਾਰ ਇੱਕ ਹੋਰ ਡਾਕਟਰ ਆ ਸਰਦਾਰ ਆ ਉਹ ਰੋਜ਼ ਕਾਲੀ ਪੱਗ ਬੰਨਦੇ ਦਾ ਮਤਲਬ ਰੋਜ਼ ਹੀ ਡਿਫਾਇਨਸ ਮੈਂ ਕਹਿੰਦਾ ਨਹੀਂ ਐਵੇਂ ਵੀ ਨਹੀਂ ਹੁੰਦਾ ਤੁਸੀਂ ਜਨਰਲਾਈਜ਼ ਜਨਰਲਾਈਜ਼ ਨਹੀਂ ਕਰ ਸਕਦੇ ਕਈ ਲੋਕ ਸਟਾਈਲੀ ਬੰਨਦੇ ਆ ਔਰ ਹਰੇਕ ਲਈ ਪੱਗ ਦਾ ਰੰਗ ਡਿਫਰੈਂਟ ਆ ਔਰ ਉਹਦਾ ਮਤਲਬ ਡਿਫਰੈਂਟ ਆ ਔਰ ਬਹੁਤ ਲੋਗ ਅੱਜ ਯੂ نو ਮੈਚਿੰਗ ਮੇਰੀ ਅੱਜ ਡிரஸ் ਆਵਲੇ ਰੰਗ ਦੀ ਆ ਸੋ ਉਹਨੂੰ ਮੈਚ ਕਰਨ ਲਈ ਉਹ ਰੰਗ ਦੀ ਪੱਗ ਬੰਨਦੇ ਸੋ ਇਸ ਲਈ ਮੈਂ ਇੱਕ ਕੁਐਸਚਨ ਤੁਹਾਡੇ ਤੱਕ ਰੱਖਣ ਦੇ ਆ ਕਿ ਹਰੇਕ ਲਈ ਇਸ ਦਾ ਜਵਾਬ ਡਿਫਰੈਂਟ ਹੋ ਸਕਦਾ ਕਿ ਕਿਹੜੇ ਰੰਗ ਦੀ ਪੱਗ ਬੰਨਦੇ ਹੋ ਪੱਗ ਦਾ ਜਿਹੜੀ ਕਲਰ ਆ ਉਹ ਕੀ ਰਿਪਰੈਜ਼ੈਂਟ ਕਰਦੇ ਆ ਤੁਹਾਡੇ ਲਈ ਜਿਹੜੀ ਤੁਸੀਂ ਕਿ ਬਸ ਸਟਾਈਲ ਦੇ ਲਈ ਤੁਸੀਂ ਬੰਨਦੇ ਹੋ ਬਟ ਆਈ ਥਿੰਕ ਇਹ ਇਤੋਂ ਜਿਹੜਾ ਵੱਡਾ ਕੁਐਸਚਨ ਹੋਇਆ ਕਿ ਪੱਗ ਦਾ ਮਤਲਬ ਕੀ ਆ ਜੇ ਗੁਰੂ ਸਾਹਿਬ ਨੇ ਏਡੀ ਵੱਡੀ ਚੀਜ਼ ਏਡੀ ਵੱਡੀ ਚੀਜ਼ ਬਖਸ਼ਿਸ਼ ਜਿਹੜੀ ਸਾਨੂੰ ਦਿੱਤੀ ਆ ਜਿਹੜੀ ਅਸੀਂ ਆਪਣੇ ਆਪ ਨਾਲ ਰੋਜ਼ ਲਾਗੇ ਰੱਖਦੇ ਆਂ ਔਰ ਲੋਕ ਜਿੱਥੇ ਸਾਨੂੰ ਕਿਤੇ ਬੈਨ ਕੀਤਾ ਜਾਂਦਾ ਕਿ ਤੁਸੀਂ ਪੱਗ ਨਹੀਂ ਪਾ ਸਕਦੇ ਉੱਥੇ ਵੀ ਜਾ ਕੇ ਅਸੀਂ ਡਿਫਾਈਡ ਡਿਫਾਈ ਯੂ نو ਉਹਦੇ ਖਿਲਾਫ ਬੋਲਦੇ ਆਂ ਉੱਥੇ ਖਲੋਨੇ ਆਂ ਔਰ ਕਹਿੰਦੇ ਆ ਕਿ ਨਹੀਂ ਅਸੀਂ ਤੇ ਬਨਣੀ ਬਨਣੀ ਆ ਕਿ ਨਹੀਂ ਇਹ ਕੀ ਮਤਲਬ ਐ ਇਸ ਚੀਜ਼ ਦਾ ਸਾਡੇ ਜੀ ਕਿ ਅਸੀਂ ਇਹ ਕਰਦੇ ਹਾਂ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਆ ਉਹਨਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਆ ਕਿ ਪੱਗ ਦਾ ਮਤਲਬ ਕੀ ਆ ਮੇਰੇ ਲਈ ਬਹੁਤ ਕੁਝ ਆ ਮੇਰੇ ਵੱਡੇ ਵਡੇਰੇ ਬੰਦੇ ਸੀ ਮੇਰੇ ਬਾਪੂ ਜੀ ਬੰਦੇ ਸੀ ਮੇਰੇ ਪਰਦਾਦਾ ਜੀ ਬੰਦੇ ਸੀ ਮੇਰੇ ਪਾਪਾ ਬੰਦੇ ਆ ਮੇਰੇ ਚਾਚੇ ਬੰਦੇ ਆ ਮੇਰੇ ਤਾਏ ਜਿੰਨੇ ਵੀ ਮੇਰੇ ਇਸ ਮੇਰੇ ਰਿਸ਼ਤੇ ਆ ਉਹ ਸਾਰੇ ਪੱਗ ਬੰਦੇ ਆ ਸੋ ਮੇਰੇ ਲਈ ਇੱਕ ਇਹ ਇੱਕ ਪਰਿਵਾਰਿਕ ਪਰਿਵਾਰ ਦਾ ਰੂਪ ਵੀ ਆ ਯੂ نو ਜਿਹੜਾ ਇੱਕ ਯੂ نو ਜਿਹੜਾ ਮੈਂ ਚਾਹੁੰਦਾ ਕਿ ਮੈਂ ਵਾ ਆਪਣੇ ਆਪ ਚ ਆਪਣੇ ਬਜ਼ੁਰਗਾਂ ਨੂੰ ਵੇਖਦਾ ਔਰ ਮੇਰੇ ਜਿਹੜੇ ਹੀਰੋ ਆ ਬਹੁਤ ਹੀਰੋ ਵੀ ਜਿਹੜੇ ਪਗ ਬੰਦ ਆ ਮੇਰੇ ਲਈ ਉਹ ਇੱਕ ਕਲਚਰਲ ਵੀ ਇੱਕ ਰਿਲੀਜੀਅਸ ਤੇ ਹੈਗਾ ਹੈਗਾ ਪਰ ਨਾਲ ਕਲਚਰਲ ਵੀ ਆ ਪਰ ਅਗੇਨ ਮੇਰੇ ਲਈ ਜਿਹੜੇ ਸਭ ਤੋਂ ਵੱਡਾ ਜਿਹੜਾ ਇਹਦਾ ਮੀਨਿੰਗ ਹੈ ਇੱਕ ਕੁਆਲਿਟੀ ਦਾ ਕਿ ਤੁਸੀਂ ਭਾਵੇਂ ਜੋ ਮਰਜੀ ਹੋ ਭਾਵੇਂ ਤੁਸੀਂ ਪਗ ਨਹੀਂ ਵੀ ਬੰਨਦੇ ਪਰ ਮੇਰੇ ਲਈ ਮੇਰਾ ਧਰਮ ਮੈਨੂੰ ਆਂਦਾ ਮੇਰਾ ਗੁਰੂ ਮੈਨੂੰ ਆਂਦਾ ਕਿ ਮੇਰੇ ਲਈ ਹਰ ਇੱਕ ਇਨਸਾਨ ਜਿਹੜਾ ਇਕੁਅਲ ਆ ਸੋ ਜਰੂਰ ਦੱਸਿਓ ਤੁਹਾਡੇ ਲਈ ਪਗ ਦੀ ਸਿਗਨੀਫਿਕੈਂਸ ਕੀ ਆ ਆਈ ਥਿੰਕ ਇੱਕ ਈਜ਼ੀ ਵੇ ਆ ਆਪਾਂ ਅਵੇਅਰਨੈਸ ਕ੍ਰੀਏਟ ਕਰ ਸਕਦੇ ਐਟ ਲੀਸਟ ਆਪਣੀ ਕਮਿਊਨਿਟੀ ਵਿੱਚ ਸੋ ਯੂ نو ਦੈਟ ਵਾਸ ਮਾਈ ਮੇਰਾ ਇੰਟੈਂਟ ਇਹ ਹੋਈ ਸੀ ਵੀਡੀਓ ਬਣਾਉਣ ਦਾ ਕਿਉਂਕਿ ਆਈ ਫੀਲ ਲਾਈਕ ਕਿ ਯੂ نو ਆਈ ਹੈਡ ਅ ਯੂ نو ਆਈ ਵਾਸ ਸਟਕ ਇਨ ਅ ਸਿਚੁਏਸ਼ਨ ਐਂਡ ਆਮ ਸ਼ੋਰ ਪੀਪਲ ਹੋਰ ਵੀ ਲੋਕ ਇਹ ਕੁਐਸਚਨ ਅਕਸਰ ਤੁਹਾਨੂੰ ਪੁੱਛਦੇ ਆ ਔਰ ਯੂ نو ਇਸ ਕੁਐਸਚਨ ਦੇ ਲਈ ਸਾਨੂੰ ਰੈਡੀ ਹੋਣਾ ਚਾਹੀਦਾ ਬਿਕਾਜ਼ ਇਹ ਕੱਲਾ ਸਾਨੂੰ ਨਹੀਂ ਇਫੈਕਟ ਕਰਦਾ ਸਾਡੀ ਸਾਰੀ ਇੰਟਾਇਰ ਕਮਿਊਨਿਟੀ ਨੂੰ ਇਫੈਕਟ ਕਰਦਾ ਥੈਂਕ ਯੂ